फिर सुनी नौ इमाम ज़ैनुल आबिदीन से लेकर मादी तक जिसका नाम सुन के अदब से खड़े हो जाए उसे अब्बास है। लेकिन
نانا خاتم النبیین تھا ایسے ہی پیدا عمر بنین کے گھر کیا اور کہلایا فاطمہ کا، اسے عباس کہتے ہیں. نہیں آج میں ایک عجیب چیز پڑھنا چاہنا عجیب. جڑا بندہ مند ہے سر کھا دے. اجے میں تمہید پڑھ رہا ہوں. جڑا نہیں مند وہ بھی نماز وچ سلام عباس نو کرتا ہے. نہیں میرے چاسی نہیں آ رہے. نہ جڑا مند ہے وہ تو ٹھیک ہے. جڑا نہیں مند وہ بھی بامر مجبوری سلام عباس نو کرتا ہے. یہ دو دن موقع دے گواہ نے. پڑھتا ہے نماز وچ ادھا یاد بہ کے سر نیواں کر کے السلام علینا وا علی عباد اللہ الصالحین. اب کرسی والے بولو السلام علینا وا علی عباد اللہ الصالحین. اللہ دے صالح بندیاں اُتے سلام. عباس دے روزے تے جا کے جڑا سلام کریندا ہے پہلا جملہ ہی ہے السلام علیک یا عبد الصالح. اے عبدِ صالح تیرے تے میرا سلام ہوئے. یہ دا مطلب ہے جڑا نہیں بھی مندا نا مینو نہیں پتا جے اتا یاد ہے جو پڑھدا سلام علینا و علی تے سلام عباس تے او بھی پڑھ لے. جملہ لگا جی بولن جس تو بعد ہو سکتا مسکی تو مینو کر دیں علم جنو اسی چنڈا آنے ہیں. علم جاگیر مصطفیٰ کی ہے لیکن رجسٹری اپنے نام اس نے کروا لی عباس. میں پڑھنے پڑھنا ہے کو صدی نہ صدی تے تینو منا کے جانا ہے جنو اسی چنڈا آنے ہیں. ساڑے درباراں تے بھی لگا ہوتا ہے اینو عربی چ علم آندے نے. علم میں تینو منانا تو کہ نبی دی جاگیر علم کیویں آ درو تاج آندے اللہم صلی اللہ سیدنا محمد صاحب تاج ول معراج ول برا کے بولو صاحب تاج. اے تاج والے نبی ول معراج معراج والے نبی ول برا کے براق والے نبی ول علم علم والے نبی. چھڈ درود تاج دے پڑھدا تے من نبی علم والا. او بول اوئے ہتھاں نال علم مصبد زبیر نے اٹھایا ہتھاں نال علم جعفر تیار نے اٹھایا ہتھاں نال علم بڑے بن عبداللہ رواح رضی اللہ تعالی عنہ اجمعین نے اٹھایا لیکن بغیر ہتھاں تو ایسا اٹھایا کہ قیامت تک پھر کسی ہور نو دیتا نہیں. اسے عباس کہ معلوم میں کی پڑھ گیا تو تم سن رہے ہیں. بے دست دستگیر بے دست دستگیر کو عباس. لے میں پوری مسجد اور اٹھانیاں علی نے
ਪੂਰੀ ਜ਼ਿੰਦਗੀ ਵਿੱਚ ਇੱਕ ਵਾਰੀ ਮੇਰੇ ਨਬੀ ਦਾ ਨਵਾਬ ਚੂਸਿਆ, ਉਹ ਵੀ ਕਾਬੇ ਦੇ ਬੂਹੇ ਤੇ। ਹਲੇ ਮੈਂ ਤੇ ਪੰਜਾਬੀ ਚ ਬੋਲ ਰਿਹਾ ਹਾਂ, ਤੇਰੀ ਅੰਮੀ ਦੀ ਬੋਲੀ ਹੈ ਪੰਜਾਬੀ, ਉਹਦੇ ਚ ਬੋਲ ਰਿਹਾ। ਸਿਰਫ ਇੱਕ ਵਾਰੀ ਤੇ ਵਕਤ ਪਾਇਆ ਸਲੂਨੀ, ਜੋ ਦਿਲ ਕਰਦਾ ਪੁੱਛੋ ਅਰਸ਼ੋਂ ਆਰਦੀਆਂ, ਪੁੱਛੋ ਅਰਸ਼ੋਂ ਪਾਰਦੀਆਂ। ਕਿੰਨੀ ਵਾਰੀ ਚੂਸੀ ਹੈ? ਮਜਮਾ ਬੋਲੇਗਾ ਕਿੰਨੀ ਵਾਰੀ? ਹੁਣ ਤੋਲੀ ਤੂੰ, ਹੁਸੈਨ ਨੇ ਤੇ 2 ਸਾਲ ਚੁੰਗੀ ਹੈ। ਮੈਂ ਬਹੁਤੇ ਦੇ 2 ਮਿੰਟ ਕੁੱਲੀ ਪਾਉਣਾ ਚਾਹੁੰਦਾ। 2 ਸਾਲ ਹੁਣ ਤੋਲ, ਇੱਕ ਪੂਤ, ਇੱਕ ਕਪੂਤ, ਇੱਕ ਸਪੂਤ। ਕਪੂਤ ਉਹਦਾ ਪਿਓ ਦਾ ਬੇੜਾ ਡੁੱਬ ਦੇਵੇ, ਪੂਤ ਉਹ ਜਿਹੜਾ ਪਿਓ ਦੇ ਬਰਾਬਰ ਹੋਵੇ, ਤੇ ਸਪੂਤ ਉਹ ਜਿਹੜਾ ਪਿਓ ਨਾਲੋਂ ਵੱਧ ਜਾਏ। ਨਹੀਂ ਨਹੀਂ ਨਹੀਂ, ਮੇਰੇ ਤੇ ਸਵਾਲ ਕੀਤਾ ਗਿਆ ਕਿ ਹੁਸੈਨ ਨੇ ਨੇਜ਼ੇ ਪਰ ਕੁਰਾਨ ਕਿਉਂ ਪੜ੍ਹਾ? ਮੇਰਾ ਹਲੂ ਗੌਰ ਨਹੀਂ ਕੀਤਾ, ਪੜ੍ਹਨਾ ਵਾ ਬਾਸ ਹੈ, ਸੱਜੇ ਖਪੇੜੇ ਨਹੀਂ ਮਾਰਨੀ, ਇਹਦੇ ਵਿੱਚੋਂ ਹੀ ਆਵਾਜ਼ ਕਰਨਾ ਹੈ। ਨੇਜ਼ੇ ਤੇ ਕੁਰਾਨ ਕਿਉਂ ਪੜ੍ਹਿਆ? ਮੈਂ ਕਿਹਾ ਇੱਕ ਅੰਬ ਲੈ ਲੈ, ਇਹਨੂੰ ਜ਼ਮੀਨ 'ਚ ਗੱਡ ਦੇ, ਉੱਤੇ ਮਿੱਟੀ ਪਾ ਕੇ ਪਾਣੀ ਪਾ, ਕੁਝ ਦੇਰ ਤੋਂ ਬਾਅਦ ਵਿੱਚ ਕੰਪਨ ਨਿਕਲੇਗੀ, ਫਿਰ ਇੱਕ ਪੌਦਾ ਬਣੇਗਾ, ਟਹਿਣੀਆਂ ਸ਼ਾਖਾਂ। ਸਾਲ ਤੋਂ ਬਾਅਦ ਜਿਹੜਾ ਤੁਸੀਂ ਮੀਂਹ 'ਚ ਨੱਪਿਆ ਸੀ ਨਾ, ਭੋਏ 'ਚ, ਉਹ ਫਿਰ ਚੋਟੀ 'ਚ। ਮੇਰਾ ਖਿਆਲ ਮੈਂ ਦਿੱਲੀ ਪੜ੍ਹ ਰਿਹਾ ਜਾਂ ਲਖਨਊ ਪੜ੍ਹ ਰਿਹਾ, ਜੇ ਪੰਜਾਬੀ ਤਾਂ ਸਮਝੋ। ਨੱਪਿਆ ਸੀ ਜ਼ਮੀਨ 'ਚ, ਸਾਲ ਤੋਂ ਬਾਅਦ ਫਿਰ ਉਹ ਪੱਤਿਆਂ 'ਚ ਛੁਪ ਕੇ ਫਿਰ ਜ਼ਾਹਰ ਹੋ ਗਿਆ। 2 ਸਾਲ ਨਬੀ ਜ਼ਬਾਨ ਮੂੰਹ 'ਚ ਪਾ ਕੇ ਹੁਸੈਨ ਦੇ ਸੀਨੇ 'ਚ ਕੁਰਾਨ ਉਂਦੇਲਦੇ ਰਹੇ। ਜਦੋਂ ਬੱਚਾ ਜੰਮੇ ਉਹਨੂੰ ਗੁੱਠੀ ਦੇਈ, ਤੇ ਮੇਰੀ ਬੋਲੀ ਗੁੜਤੀ, ਤੁਹਾਡੀ ਗੁੜਤੀ ਸੀ ਉਰਦੂ ਪੰਜਾਬੀ ਗੁੜਤੀ ਗੁੜਤੀ। ਅੱਬਾਸ ਆਏ ਜ਼ਮੀਨ ਤੇ, ਅਜੇ ਮੈਂ ਤਵੀਦ ਹੀ ਪੜ੍ਹ ਰਿਹਾ, ਹੁਸੈਨ ਆਏ ਮੂੰਹ ਤੇ ਮੂੰਹ ਰੱਖਿਆ ਜੀ। ਹਾਏ ਹੋਏ ਹਾਏ ਹੋਏ, ਮੈਂ ਉੱਠਣਾ ਤੂੰ ਉੱਠੀ, ਤੂੰ ਵੀ ਜੇ ਸਵਾਦ ਆਵੇ, ਨਹੀਂ ਤੇ ਮੈਂ ਛੱਡ ਕੇ ਵੀਰ ਕਿਸ਼ਤੀਆਂ ਨੂੰ ਟੁੱਟ ਜਾਣੇ। ਸੁਣੀ ਜੇ ਸਵਾਦ ਆਵੇ, ਅੱਬਾਸ ਇੱਥੋਂ ਨਿਕਲੇ ਤੂੰ ਉੱਠ, ਮੂੰਹ ਤੇ ਮੂੰਹ ਰੱਖਿਆ। 5 ਮਿੰਟ, 10 ਮਿੰਟ, ਅੱਧਾ ਘੰਟਾ, ਘੰਟਾ, ਉੱਤੋਂ ਉਹ ਆ ਗਈ ਜਿਹੜੀ ਹੁਸੈਨ ਦੇ ਬਰਾਬਰ ਤੁਲਦੀ ਹੈ। ਕਾਸ਼ ਤੈਨੂੰ ਦੱਸਿਆ ਹੋਵੇ ਮਹਿਰਾਬੋ ਮਿੰਬਰ ਨੇ, ਇਹਨੂੰ ਹੁਸੈਨ ਬਣਦੇ ਨੇ। ਬੀਬੀ ਆ ਗਈ, ਹੁਸੈਨ ਇਹ ਕੀ ਕਰ ਰਿਹਾ? ਇਹ ਗੁੱਟੀ ਤੇ ਇੱਕ ਸਕਿੰਟ, ਮੈਨੂੰ ਜੇ ਮੇਰੇ ਜੁਮਲੇ 'ਚ ਵਜ਼ਨ ਹੋਵੇ ਤਾਂ ਦਾਦ ਦੇ ਦੂੰ। ਫਰਮਾਇਆ ਹਮਸ਼ੀਨਾ, 2 ਸਾਲ ਜਿਹੜਾ ਕੁਰਾਨ ਨਾਨੇ ਮੇਰੇ ਸੀਨੇ ਉਤਾਰਿਆ ਸੀ, ਮੂੰਹ ਤੇ ਮੂੰਹ ਰੱਖ ਕੇ ਘੰਟੇ ਵਿੱਚ ਅੱਬਾਸ ਦੇ ਸੀਨੇ 'ਚ ਉਤਾਰ ਦਿੱਤਾ। ਸਰਦਾਰ ਤੇ ਆਏ ਹਾਏ,
ਤੇ ਗੁੱਟੀ ਵਿੱਚ ਕੁਰਾਨ। ਜਿਹੜਾ 2 ਸਾਲ ਚ ਉਤਰਿਆ ਉਹ ਘੰਟੇ ਚ ਉਤਾਰ ਦਿੱਤਾ, ਇਸੇ ਆਪ ਪਾਸ ਕਹਿੰਦੇ ਆ। ਅੱਜ ਮੈਂ ਇੱਕ ਫਿਕਰਾ ਪੁੱਛਿਆ ਸੀ ਆਪਣੇ ਬੇਟੇ ਕੋਲੋਂ, ਮੌਸਮ ਦੀ ਬੈਠ ਕੇ ਬੈਠੇ ਆ, ਹੁਣ ਤੁਹਾਨੂੰ ਲੱਗਾ ਜੇ ਕਿਹੜਾ ਦੇਣਾ ਹੈ। ਉਸਤਾਦ ਸ਼ਗਿਰਦ ਨੂੰ ਕਵੇ ਕਿ ਪੁੱਤਰ ਇੱਕ ਗਲਾਸ ਪਾਣੀ ਦਾ ਪਿਆ, ਤੇ ਉਹ ਕਵੇ ਜੀ ਨਹੀਂ ਜੀ, ਉਹਦੀ ਸਜ਼ਾ ਦਾ ਮੈਨੂੰ ਨਹੀਂ ਪਤਾ ਵੀ ਕੀ ਹੈ। ਪੀਰ ਮੁਰੀਦ ਨੂੰ ਕਵੇ ਬੱਚਿਆ ਬਾਹਰੋਂ ਚੱਕ ਪਾਣੀ ਦਾ ਭਰ ਲਿਆ, ਤੇ ਉਹ ਕਵੇ ਜੀ ਮੇਰੇ ਕੋਲੋਂ ਨਹੀਂ ਹੋ ਸਕਦਾ, ਉਹਦੀ ਸਜ਼ਾ ਕੀ ਹੈ। ਵਕਤ ਦਾ ਇਮਾਮ ਕਵੇ, ਮਸੀਤ ਦਾ ਨਹੀਂ ਜ਼ਮਾਨੇ ਦਾ ਇਮਾਮ, ਉਹ ਕਵੇ ਕਿ ਇਹ ਕੰਮ ਕਰ ਤੇ ਉਹ ਅੱਗੋਂ ਨਾ ਕਰੇ, ਉਹਦੀ ਸਜ਼ਾ ਤੂੰ ਸੋਚ ਕੀ ਹੈ। 35 ਸਾਲ ਹੁਸੈਨ ਕਹਿੰਦਾ ਰਿਹਾ ਮੈਨੂੰ ਭਰਾ ਕਹੋ, ਅਬਾਸ ਨੇ ਕਿਹਾ ਨਹੀਂ। ਤੂੰ ਬਤੂਲ ਦਾ ਪੁੱਤਰ ਹੈ, ਕਿਵੇਂ ਹੋ ਸਕਦਾ ਨਹੀਂ ਕਿਹਾ। ਆ ਤੈਨੂੰ ਅੱਜ ਦੱਸਾਂ ਕਿਸ ਟਾਈਮ ਤੇ ਕਿਹਾ, ਕਿਸ ਵਕਤ ਕਿਹਾ। ਯਾਦ ਰੱਖ ਤੇ ਦੁਆ ਦੇ ਕੇ ਘਰ ਜਾਈ, ਖਾ ਵੀ ਸੁੱਤੇ ਨੇ। ਹੁਸੈਨ ਰੋ ਪੈ ਵੀ ਤੂੰ ਮੈਨੂੰ ਭਰਾ ਨਹੀਂ ਕਹਿੰਦਾ। ਰਾਤ ਨੂੰ ਖਾਬ ਵਿੱਚ ਇਹਦੀ ਉਹ ਮਾਂ ਜਿਹਨੂੰ ਬਤੂਲ ਆਂਦੇ, ਬੀਬੀ ਨੇ ਕਿਹਾ ਕਹਿ ਭਰਾ। ਸਵੇਰੇ ਉੱਠ ਕੇ ਕਹਿੰਦਾ ਯਾਖੀ ਯਾਖੀ ਯਾਖੀ। ਨਾ ਜੁਮਲਾ ਸੁਣ ਕੇ ਦਾਦੀ ਚੰਦ ਅਹਿਲ ਇਲਮ ਲੋਕਾਂ ਨੂੰ ਸਮਝ ਆਏਗੀ, ਯਾਖੀ ਇੱਕ ਵਾਰੀ ਕਹਿ ਬਤੂਲ ਦੇ ਕਹਿਣ ਤੇ ਇਹਦੇ ਸਲਾਮ ਦਾ ਇੱਕ ਜੁਮਲਾ, ਸਲਾਮ ਅਲੈਕਾ ਯਾ ਅਬਦਿਲ ਫਾਤਿਮਾ, ਇਹ ਫਾਤਿਮਾ ਕੇ ਅਬਦ। ਓਏ ਹੋਏ ਹੋਏ, ਮੈਂ ਅਬਦੀ ਦੋ ਵੇਖੇ ਨੇ, ਅਨਾ ਅਬਦੁਮ ਨਬੀ ਦੇ ਮੁਹੰਮਦ। ਅਲੀ ਕਹਿੰਦਾ ਮੈਂ ਮੁਹੰਮਦ ਦਾ ਅਬਦ ਹਾਂ ਸੱਲੱਲਾਹੁ ਅਲੈਹਿ ਵਸੱਲਮ, ਅਬਾਸ ਕਹਿੰਦਾ ਮੈਂ ਫਾਤਿਮਾ ਦਾ ਅਬਦ ਹਾਂ। ਓਏ ਜੋ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਾ ਅਬਦ ਹੈ ਉਸੇ ਅਲੀ ਕਹਤੇ ਹੈ, ਔਰ ਜੋ ਫਾਤਿਮਾ ਕਾ ਅਬਦ ਹੈ ਉਸੇ ਅਬਾਸ ਕਹਤੇ ਹੈ। ਤੁਸੀਂ ਢੋਲਿਆਂ ਤੇ ਲੱਗੋ, ਮੈਂ ਤੁਹਾਡਾ ਕੀ ਕਰਾਂ। ਕੰਨ ਤੇ ਹੱਥ ਲਾ ਕੇ 6 ਸ਼ੇਰ ਸੁੱਟੋ, ਮੈਂ ਤੈਨੂੰ ਦੱਸਣ ਦਿਆਂ ਅਬਾਸ ਕੀ ਹੈ। ਤੂੰ ਬੋਲਿਆ ਨਹੀਂ ਯਾਰ, ਨਹੀਂ ਬੋਲਿਆ ਨਹੀਂ, ਨਹੀਂ ਜੁਮਲਾ ਲੱਗਾ ਬੋਲਣ। ਮੈਂ ਅਲੀ ਸਾਰੀ ਜ਼ਿੰਦਗੀ ਅੱਗੇ ਸ਼ੀਸ਼ਾ ਵੱਡਾ ਰੱਖਿਆ ਤੇ ਆਪਣਾ ਚਿਹਰਾ ਵਹਿੰਦੇ ਵਿੱਚ ਇੱਕ ਦਿਨ ਵੇਖ ਰਹੇ ਨੇ, ਨਾਲੇ ਮੂੰਹ ਵਹਿੰਦੇ ਨੇ ਨਾਲੇ ਮੁਸਕਰਾਉਂਦੇ ਨੇ। ਮੇਰਾ ਖਿਆਲ ਮੈਂ ਕੋਈ ਦੇ ਨਹੀਂ ਬੋਲੀ, ਵੱਡਾ ਸਾਰਾ ਸ਼ੀਸ਼ਾ ਨੂੰ ਨਾਈਆਂ ਬਣਾਉਂਦਾ, ਉਹਦਾ ਬੜਾ ਕਾਦਾ ਤੋਂ ਸ਼ੀਸ਼ਾ ਤੇ ਅੰਜ ਵੇਖ ਕੇ ਨਾ ਮੁਸਕਰਾਈ ਜਾਂਦੇ ਨੇ। ਉੱਤੋਂ ਸਲਮਾਨ ਫਾਰਸੀ ਆ ਗਏ, ਉਹਨੇ ਕਿਹਾ ਮੌਲਾ ਤੁਸੀਂ ਸੋਹਣੇ ਹੋ ਕੋਈ ਸ਼ੱਕ ਨਹੀਂ, ਇਹ ਆਪਣੇ ਆਪ ਨੂੰ ਵਹਿੰਦੇ ਹੋ ਪੈ ਤੇ ਹੱਸੀ ਜਾਂਦੇ ਹੋ। ਜਿਹੜਾ ਅਲੀ ਨੇ ਜੁਮਲਾ ਕੇ ਮੈਂ ਵੇਖਣਾ ਵੀ ਤੂੰ ਮੀਠ ਕੇ ਰੱਖੀ ਖੋਲੀ ਨਾ, ਮੁਸਕਰਾ ਕੇ ਕਹਿਣ ਲੱਗੇ ਅਨ ਨਜ਼ਰ ਇਲਾ ਵਜ੍ਹੀ ਅਲੀ ਇਬਾਦਤ। ਨਬੀ ਨੇ ਕਿਹਾ ਨਹੀਂ ਅਲੀ ਦਾ ਚਿਹਰਾ ਵੇਖਣਾ ਇਬਾਦਤ ਹੈ। ਓਏ ਜ਼ਮਾਨਾ ਮੈਨੂੰ ਵੇਖ ਕੇ ਇਬਾਦਤ ਕਰੇ, ਮੈਂ ਆਪਣੇ ਆਪ ਨੂੰ ਵੇਖ ਕੇ ਕਿਉਂ ਨਾ ਕਰਾਂ। ਬੋਲ
ਵਾਲਿਆਂ ਦੀ ਜ਼ਮਾਨਾ ਵੇਖ ਕੇ ਮੇਰਾ ਮੂੰਹ ਇਬਾਦਤ ਕਰੇ। ਇੱਕ ਮੈਂ ਸਵਾਲ ਛੱਡ ਕੇ ਜਾ ਰਿਹਾ, ਅਲੀ ਦੇ ਮੂੰਹ ਵਿੱਚ ਕੀ ਹੈ? ਆਇਆ ਹਾਏ ਹਾਏ ਹਾਏ, ਇੱਕ ਫਿਕਰ ਆ ਗਿਆ ਵਿੱਚ, ਚਲੋ ਇਹ ਸੁਣ ਲੈ ਫਿਰ ਅੱਗੇ ਚੱਲਦੇ। ਅਲੀ ਦੇ ਚਿਹਰੇ ਵਿੱਚ ਬੋਲੋ ਤੇ ਸਹੀ, ਉੱਚੀ ਬੋਲੋ। ਮੈਨੂੰ ਤੇ ਸਮਝ ਨਹੀਂ ਆਈ, ਜਿਹਨੂੰ ਸਮਝ ਆਵੇ ਉਹ ਖਤੀਬ ਮੈਨੂੰ ਫੋਨ ਕਰਕੇ ਸਵੇਰੇ ਸਮਝਾ ਦੇਵੇ। ਮੈਨੂੰ ਸਮਝ ਨਹੀਂ ਆਈ ਨਾ, ਕੁਰਾਨ ਦੀ ਕਸਮ ਨਹੀਂ, ਨਬੀ ਆਉਂਦੇ ਨੇ, ਮੈਂ ਕਿੱਥੋਂ ਪੜ੍ਹ ਰਿਹਾ? ਹਵਾਲੇ ਦੇਣੇ ਜ਼ਰੂਰੀ ਨੇ ਭਾਈ। ਨੂਰ ਅਲ ਅਬਸਾਰ ਇਮਾਮ ਸ਼ਿਰਜ਼ ਜੀ ਦੀ, ਰਿਆਜ਼ੁਲ ਨਜ਼ਰਾ ਮੁਹਿਬ ਤਬਰੀ ਦੀ, ਮਾ ਮਰੰਤੋ ਬਿਸਮਾਇਨ ਇਲਾ ਵਾਹਲਵਾ ਯਸ਼ਤਾਕੂ ਨਾ ਇਲਾ ਅਲੀ ਇਬਨ ਅਬੀ ਤਾਲਿਬ ਫਮਾ ਫਿਲ ਜੰਨਤ ਨਬੀਉਨ ਇਲਾ ਵਾਹਵਾ ਯਸ਼ਤਾਕੂ ਇਲਾ ਅਲੀ ਇਬਨ ਅਬੀ ਤਾਲਿਬ। ਨਬੀ ਕਹਿੰਦੇ ਨੇ ਮੇਰਾਜ ਦੀ ਰਾਤ ਜਿਹੜੇ ਅਸਮਾਨ ਤੋਂ ਵੀ ਲੰਘਿਆ, ਜਿਹੜਾ ਫਰਿਸ਼ਤਾ ਵੀ ਮਿਲਿਆ ਹੈ, ਉਹਨੂੰ ਅਲੀ ਦਾ ਮੂੰਹ ਵੇਖਣ ਦਾ ਚਾਅ ਸੀ। ਮੈਨੂੰ ਨਹੀਂ ਪਤਾ ਤੂੰ ਫੌਤ ਹੋ ਗਿਆ, ਅਲੀ ਦਾ ਨਾਂ ਸੁਣ ਕੇ ਤੇ ਬੋਲਿਆ। ਇਹ ਸੋਚੀ ਜ਼ਰੂਰ, ਸੋਚੀ ਵੀ ਅਲੀ ਦੇ ਚਿਹਰੇ ਚ ਕੀ ਹੈ? ਜੇ ਮੈਂ ਕਵਾਂ ਗੱਲ ਤੇ ਕੰਧ ਤੇ ਮਾਰ। ਫਰਮਾਉਂਦੇ ਨੇ ਜੰਨਤ ਦੇ 125,000 ਨਬੀ ਮਿਲੇ ਤੇ ਹਰ ਨਬੀ ਨੂੰ ਚਾਹ ਸੀ ਅਲੀ ਦਾ ਚਿਹਰਾ ਦੇਖਣ ਦਾ। ਇਹ ਮੈਂ ਸਵਾਲ ਸਮੁੰਦਰੀ ਛੱਡ ਕੇ ਜਾ ਰਿਹਾ, ਅਲੀ ਕੇ ਚਿਹਰੇ ਮੈਂ ਕਿਆ? ਅੱਗੇ ਸੁਣ ਤੇ ਪਰੇਸ਼ਾਨ ਹੋ ਜਾਏਗਾ। ਤਸਕੇ ਸੁਣ, ਇੱਕ ਨਸਾਈ ਸ਼ਰੀਫ ਦੀ ਹਦੀਸ, ਕਿਉਂਕਿ ਇਹ ਮਸਜਿਦ ਦੇ ਬੜੀ ਜਾਣਦਾਰ ਦੀ ਦਲਾਇਲ ਨਾਲ ਗੱਲ ਕਰ ਰਿਹਾ। ਇਮਾਮ ਨਸਾਈ ਦੀ ਹਦੀਸ, ਤਾਜੋ ਉਮੇ ਅਦੀਆ ਰਜ਼ੀ ਅੱਲਾਹ ਤਾਲਾ ਅਨਹਾ ਰਾਵੀਆ, ਫਰਮਾਂਦੀਆਂ ਨੇ ਘੋੜੇ ਤੇ ਅਲੀ ਏ, ਪੈਦਲ ਨਬੀ ਏ। ਤੂੰ ਬੋਲਿਆ ਹੀ ਨਹੀਂ, ਬੋਲੋ ਤਾਂ ਸਹੀ। ਜਿਹਨੂੰ ਨਬੀ ਨੇ ਮੋਢਿਆਂ ਤੇ ਚੜਾ ਲਿਆ ਵੀ ਬੁੱਧ ਡੇਗ, ਜੇ ਉਹ ਘੋੜੇ ਤੇ ਚੜ ਗਿਆ ਕੀ ਜ਼ੁਲਮ ਹੋ ਗਿਆ? ਨਬੀ ਇੱਕ ਜਿਹਾਦ ਲਈ ਤੁਰ ਰਹੇ, ਗਾਜ਼ੀ ਸਮਝ ਕੇ ਜਦੋਂ ਵਿਦਿਆ ਕੀਤਾ, ਅਲੀ ਨੇ ਕਦਮ ਚੁੰਮੇ, ਦਸਤਬੋਸੀ ਕਰਕੇ ਅਜਾਜ਼ ਲੈ ਕੇ ਟੁਰੀ। ਉਮੇ ਅਤੀਆ ਰਜ਼ੀ ਅੱਲਾਹ ਤਾਲਾ ਅਨਹਾ ਕਹਿੰਦੀਆਂ ਨੇ ਕਿ ਮੈਂ ਵੇਖਦੀ ਰਹੀ ਕਿ ਰਸੂਲ ਜਾਂਦੇ ਹੋਏ ਅਲੀ ਦੇ ਘੋੜੇ ਦੀ ਧੂੜ ਵੇਂਦੇ ਰਹੇ। ਮੈਂ ਚਿਹਰੇ ਵੇਖੀ ਸੱਜੇ ਖੱਬੇ, ਮੁਨਕਰ ਦੇ ਸਵੈ ਕਰਦੇ ਨੂੰ ਆਪੇ ਜਾਂਦੇ ਹੋਏ ਘੋੜੇ ਦੀ ਧੂੜ ਵੇਂਦੇ ਰਹੇ। ਜਦੋਂ ਅਲੀ ਅੱਖਾਂ ਤੋਂ ਓਹਲੇ ਹੋ ਗਿਆ, ਨਬੀ ਨੇ ਇੱਕ ਦੁਆ ਮੰਗੀ, ਉੱਠ ਕੇ ਦਾਤ ਦੇ ਜੀ ਇੱਥੇ ਬੱਚੇ ਦੇ, ਤੇ ਜੇ ਸਾੜ ਪਈ ਤੇ ਫਿਰ ਉੱਠ ਕੇ ਘਰ ਜਾ ਕੇ ਸੌਂ ਜਾ। ਇਹ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਤੈਨੂੰ, ਕੀ ਹੋਇਆ ਵਿਸਾਈ ਸ਼ਿਕਾ ਦੀ ਸੇ। ਨਬੀ ਨੇ ਕਿਹਾ ਅੱਲਾਹੁਮਾ ਲਾ ਤੁਮਿਤਨੀ ਹੱਤਾ ਤੁਰਿਆਨੀ ਅਲੀਯਾ, ਇਹ ਅੱਲਾ ਉਨੀ ਦੇਰ ਤੱਕ ਮੁਹੰਮਦ ਦੀ ਮੌਤ ਨਾ ਆਵੇ ਜਿੰਨਾ ਚਿਰ ਇੱਕ ਵਾਰੀ ਫੇਰ ਅਲੀ ਦਾ ਮੂੰਹ ਨਾ ਵੇਖਦਾ। ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ
حق کے بولے علی حق علی حق علی حق علی حق علی حق ਵਿੱਚੋਂ ਆਵਾਜ਼ ਆਈ, ਉਹ ਧਾਲਮਾ ਉਹ ਤੇ ਧੋਬੀ ਸੀ, ਤੂੰ ਤੇ
ਪਿਆ ਸੀ ਫੜਿਆ ਜਾਣਾ। ਅਲੀ ਨੇ ਪੁੱਛਣਾ ਤੂੰ ਤੇ ਜਾਣਦਾ ਸਾਂ ਮੇਰੀ ਸ਼ਾਨ ਚ 300 ਹੈ, ਤੂੰ ਪੜਿਆ ਸੀ ਮੈਂ ਜੰਨਤ ਵਿੱਚ ਸਰਦਾਰ ਹਾਂ, ਤੂੰ ਜਾਣਦਾ ਸਾਂ ਨਬੀ ਦਾ ਝੰਡਾ ਚੁੱਕਣਾ ਮੈਂ ਹਾਂ, ਤੂੰ ਜਾਣਦਾ ਸਾਂ ਪੁਲਿਸ ਰਾਹ ਤੇ ਵੀਜ਼ੇ ਵੰਡਣੇ ਮੈਂ ਹਾਂ, ਤੂੰ ਜਾਣਦਾ ਸਾਂ ਮੇਰੀ ਜਨਾਨੀ ਤੇ ਮੇਰੀ ਬੀਵੀ ਜੰਨਤ ਦੀ ਸਰਦਾਰ ਹੈ। ਓਏ ਉਹ ਤੇ ਧੋਬੀ ਸਾਂ, ਉਹਨਾਂ ਨੂੰ ਦੱਸਿਆ ਕਿਉਂ ਨਹੀਂ ਸੀ? ਓਏ ਜਿਹਨੂੰ ਸਮਝ ਆਈ ਹੱਥ ਖੜਾ ਕਰੇ। ਤੈਨੂੰ ਪੱਕਾ ਕਰਦੇ ਆ, ਉਹ ਇੱਕ ਉਹਨਾਂ ਦਾ ਮਰੀਦ ਹੋਵੇ ਤੇ ਗਰੀਬ ਬੜਾ ਸੀ, ਉਹ ਸਾਰਾ ਸਾਲ ਮਿਹਨਤ ਕਰੇ, ਰੁਪਈਆ ਰੁਪਈਆ ਜੋੜੇ ਨਾ, ਤੇ ਸਾਲ ਤੋਂ ਬਾਅਦ ਇੱਕ ਲੂੰਗੀ ਖਰੀਦੇ ਕਮਾਲੀਏ ਦੀ। ਲੂੰਗੀ ਕਿੱਥੋਂ ਖਰੀਦਣੀ ਸੀ? ਕਹਿੰਦਾ ਜੇ ਮੈਂ ਗਿਆ ਤੇ ਪੀਰ ਨੇ ਵੇਖਣਾ ਖਾਲੀ ਆਇਆ, ਮੁਰਸ਼ਦ ਨੇ ਵੇਖਣਾ, ਜੇ ਸਮਝ ਆ ਗਈ ਘਰ ਜਾਂਦਿਆਂ ਤੱਕ ਸਬਕ ਭੁੱਲੇਗਾ ਨਹੀਂ ਅਲੀ ਦਾ, ਇਹ ਖਾਲੀ ਆਇਆ। ਦਿਲ ਸੋਚਿਆ ਸ਼ਰਮਿੰਦਗੀ ਨਾਲ ਬਿਹਤਰ ਹੈ ਇਸ ਸਾਲ ਛੁੱਟੀ ਕਰ ਲੈ, ਅਗਲੇ ਸਾਲ ਜਾਵਾਂਗੇ। ਉਹ ਗਿਆ ਨਹੀਂ, ਸਾਲ ਲੰਘ ਗਿਆ, ਮਿਹਨਤ ਕਰਦਾ ਰਿਹਾ, ਅਗਲੇ ਸਾਲ ਦੋ ਲੂੰਗੀਆਂ ਲੈ ਗਿਆ। ਮੇਰਾ ਦਿਖਾ ਦੇ, ਮੈਂ ਕੋਈ ਫਾਰਸੀ ਨਹੀਂ ਬੋਲੀ, ਕਿੰਨੀਆਂ ਲੈ ਲਈਆਂ ਬੋਲੋ। ਕਹਿੰਦਾ ਜਾ ਕੇ ਅੱਗੇ ਬੈਠਣ ਚਾੜਾ ਕੇ, ਮੁਰਸ਼ਦ ਆ ਮਾਫੀ ਪਿਛਲੇ ਸਾਲ ਰਾਤ ਤੰਗ ਸੀ, ਇਹ ਆ ਪਿਛਲੇ ਸਾਲ ਦੀ ਤੇ ਇਸ ਸਾਲ ਦੀ। ਮਰੀਦ ਨੂੰ ਕਹਿਣ ਲੱਗੇ ਮਾਚਿਸ ਗਿਨਾ, ਪੰਜਾਬੀ ਤਰਜਮਾ ਬੱਡੀ ਮਾਚਿਸ ਲੈ ਆ, ਲੈ ਇਹਨਾਂ ਇੱਕ ਫਾਰ ਲਾ। ਉਹਨੇ ਦੋਵਾਂ ਲੂੰਗੀਆਂ ਨੂੰ ਅੱਗ ਲਾਈ ਤੇ ਸਾੜ ਦਿੱਤੀ, ਤੂੰ ਬੋਲਿਆ ਨਾ ਤੇ ਮੈਨੂੰ ਦੁੱਖ ਬੜਾ ਹੋਏਗਾ, ਸਾੜ ਦਿੱਤੀਆਂ ਸੁਆਹ ਹੋ ਗਈਆਂ। ਉਹ ਕਹਿੰਦਾ ਮੁਰਸ਼ਦ ਪਸੰਦ ਨਹੀਂ ਜਾਂ ਮੇਰੇ 'ਚ ਕੋਈ ਨਕਸ਼ ਹੈ, ਪਸੰਦ ਨਹੀਂ ਜਾਂ ਮੇਰੇ 'ਚ, ਮੈਂ ਜਿੰਨਾ ਚਿਰ ਤੂੰ ਮੇਰੇ ਨਾਲ ਰਲਿਆ ਨਹੀਂ ਮੈਂ ਅੱਗੇ ਬੋਲਣਾ ਨਹੀਂ, ਪਸੰਦ ਨਹੀਂ ਆਈਆਂ ਜਾਂ ਮੇਰੇ 'ਚ ਨਕਸ਼ ਹੈ, ਮੈਂ ਮਿਹਨਤ ਕਰਕੇ ਲਿਆ, ਸਾੜ ਦਿੱਤੀਆਂ। ਫਰਮਾਇਆ ਓਏ ਚਵਲ, ਓਏ ਕੋ ਬਾ ਨਾ ਓਏ ਜਿਹੜਾ ਯਾਰ ਨੂੰ ਯਾਰ ਕੋ ਜੁਦਾ ਕਰਿਆ ਹੈ, ਮੈਂ ਅੱਜ ਤੱਕ ਨਹੀਂ ਜੇ ਫੜਿਆ ਇਹਨਾਂ ਕੋਲ ਮੇਰੇ ਬੇਲੀ ਮੈਨੂੰ ਸੱਦਣ ਜੋ ਤੈਨੂੰ ਸੁਣਾ ਰਿਹਾ ਮੈਂ। ਤਵੱਜੋ, ਨਬੀ ਦਾ ਚਿਹਰਾ ਵੇਖਣਾ ਜ਼ਿਆਦਾ ਇਬਾਦਤ। ਅਜੇ ਰਸੂਲ ਨੇ 3 ਕਦਮ ਚੱਲੇ, ਜਬਰੀਲ ਫਿਰ ਆ ਗਿਆ। ਹੁਣ ਕਿਵੇਂ ਹੈ? ਉਹਨੇ ਕਿਹਾ ਵਲ ਕਮਰ ਇਜ਼ਾ ਤਲਾ, ਕਸਮ ਹੈ ਉਸ ਚੰਨ ਦੀ ਜਿਹੜਾ ਸੂਰਜ ਦੇ ਪਿੱਛੇ ਪਿੱਛੇ ਆਉਂਦਾ, ਜੇ ਮੁੜ ਕੇ ਵੇਖਿਆ ਤੇ ਅਲੀ ਸੂਰਜ ਨੂੰ ਵੇਖਣਾ ਹੁਣ ਕੀ ਕਰਾਂ? ਇੰਜ ਕਰ, ਚੰਨ ਸਾਰਾ ਦਿਨ ਲੁਕ ਕੇ ਨਾ ਸੂਰਜ ਕੋਲੋਂ ਲੈਂਦਾ ਰਹਿੰਦਾ,
ਸਕੀਨਤੁ ਇਲਮ ਸੁਣ ਕੇ ਚੁੱਪ ਵਾਲੀਉਨ ਬਾਮੋਹ ਮੈਂ ਇਲਮ ਦਾ ਸ਼ਾਹ ਤੇ ਅਲੀ ਦਾ ਦਰਵਾਜ਼ਾ ਇਹਦਾ ਮਤਲਬ ਹੈ ਨਬੀ ਦੇ ਸ਼ਹਿਰ ਦਾ ਦਰਵਾਜ਼ਾ ਹੈ ਅਲੀ ਅਲੀ ਹੁਸੈਨ ਦੇ ਅਦਦ ਨੇ 128 ਅਬਾਸ ਦੇ ਨੇ 133 ਤਾਂ ਮੈਂ ਸਮਝਾਵਾਂਗਾ ਅੱਗੇ ਜਾਣਾ ਹੁਸੈਨ ਦੇ ਅਦਦ 128 ਬੋਲੋ ਯਾਰ 28 ਤੇ ਅਬਾਸ ਦੇ 133 ਵਿੱਚ ਫਰਕ ਹੈ 50 ਦਾ ਔਰ 5 ਅਦਦ ਦੇ ਬਾਬ ਦਾ ਬਾਬ ਆਂਦੇ ਨੇ ਦਰਵਾਜ਼ੇ ਨੂੰ ਬੇ ਅਲਫ ਬੇ 2 1 2 5 5 ਤਵੱਜੋ ਤਵੱਜੋ ਜਿਵੇਂ ਨਬੀ ਦਾ ਦਰਵਾਜ਼ਾ ਅਲੀ ਹੈ ਹੁਸੈਨ ਦਾ ਦਰਵਾਜ਼ਾ ਅਬਾਸ ਹੈ ਅਜੇ ਨਹੀਂ ਹੁਸੈਨ ਦਾ ਦਰਵਾਜ਼ਾ ਅਬਾਸ ਜਿੱਥੇ ਮੈਂ ਛੱਡਿਆ ਸੀ ਵਾਪਸ ਆ ਅਲੀ ਸ਼ੀਸ਼ਾ ਵੇਖ ਕੇ ਮੁਸਕਰਾ ਰਹੇ ਨੇ ਕਿਉਂ ਹੱਸੇ ਹੋ ਫਰਮਾਇਆ ਲੋਕੀ ਮੈਨੂੰ ਵੇਖ ਕੇ ਇਬਾਦਤ ਕਰਨ ਮੈਂ ਆਪਣਾ ਆਪ ਵੇਖ ਕੇ ਕਿਉਂ ਨਾ ਇਬਾਦਤ ਕਰਾਂ ਜਦ ਅਬਾਸ ਦੁਨੀਆ 'ਚ ਆਇਆ ਅਲੀ ਨੇ ਸ਼ੀਸ਼ਾ ਵੇਖਣਾ ਛੱਡ ਦਿੱਤਾ ਹੋ ਸਕਦਾ ਹੈ ਵੋ ਬੇਵਫਾ ਨਹੀਂ ਹੋਵੇ।
7 ਕਾਬੇ ਦੇ ਤਵਾਫ ਦੇ ਚੱਕਰ 7 ਸਫਾ ਮਰਵਾ ਫੇਰੇ 7 ਕੁਰਾਨ ਦੀਆਂ ਮੰਜ਼ਲਾਂ 7 7 ਤੋਂ ਬਗੈਰ ਤੇ ਪੁੱਤਰ ਤੇਰੀ ਨਮਾਜ਼ ਨਹੀਂ ਹੁੰਦੀ 7 ਤੋਂ ਬਗੈਰ ਤੇਰੀ ਨਮਾਜ਼ ਐ ਮੱਲਾ ਨਮਾਜ਼ ਪੁੱਛ ਨਜ਼ਮ ਸ਼ਾਹ ਕਿਉਂ ਸੂਰਤ ਫਾਤਿਹਾ ਛੱਡ ਦੇ ਨਮਾਜ਼ ਹੋ ਜਾਏਗੀ ਤੇ ਫਾਤਿਹਾ ਨੂੰ ਸਭਾ ਮਸਾਨੀ ਆਉਂਦੇ ਨੀ 7 ਵਾਰ ਵਾਰ ਪੜੀਆਂ ਜਾਣ ਵਾਲੀਆਂ ਐਤਰਾ ਨਹੀਂ ਕਿਆ ਕਹਿੰਦੇ ਲੱਗੇ ਆ ਕਿਆ ਕਹਿੰਦੇ ਕਿਸੇ ਚੀਜ਼ ਦਾ ਅਦਦ ਉਲੜ ਦਿਓ ਮੁਸ਼ਕਲ ਜਿਹੜਾ ਨੁਕਤਾ ਸਮਝਾਉਣ ਲੱਗਾ ਜੇ ਸਮਝ ਆ ਗਈ ਤਾਂ ਨੰਬਰ ਮਿਲ ਕੇ ਨਹੀਂ ਦਿਨਾ ਸਹੀ ਉਲੜ ਦਿਓ ਉਹ ਬੇਮਾਨੀ ਹੋ ਜਾਏਗਾ ਕੋਈ ਮਸਲ ਅਕਰਮ ਹੈ ਅਲਫ ਕਾਫ ਰੇ ਤੇ ਮੀਮ ਹੁਣ ਮੀਮ ਰੇ ਕਾਫ ਅਲਫ ਮਕਰਮਾ ਆਪਣਾ ਲਿਖੀ ਬਣ ਜਾਏਗਾ ਅਬਾਸ ਦਾ ਨਾਮ ਉਲਟ ਤੇ ਬਣਦਾ ਸਾਬੇ ਸੀਨ ਅਲਫ ਸਾਬੇ ਐਨ ਸਾਬੇ ਇਹਦਾ ਮਾਨਾ ਹੈ ਸਾਤਵਾਂ ਸਿੱਧਾ ਵੇਖ ਫਿਰ ਵੀ 7 ਉਹ ਬੋਲ ਉਲਟਾ ਵੇਖ ਲਵੀ ਉਲਮਾ ਜਿੱਥੇ ਬੈਠੋ ਜਾਂ ਕੁਰਾਨ ਦੇ ਹੱਥ ਬੈਠੋ ਕੰਨ ਚੁੱਕਿਆ ਤੇ ਨਵੀਂ ਚੀਜ਼ ਲਗਾ ਸਮਝਾਉਣ ਮੈਂ 7 ਕੁਰਾਨ ਇਹ ਸਿਰਫ 2 ਐਤਾਂ ਨੇ ਜ਼ਿੰਦਗੀ ਦੀ ਪਹਿਲੀ ਵਾਰੀ ਰਿਕਾਰਡ ਮੈਂ ਗੱਲ ਤੇ ਸੁਣਾ ਲੱਗਾ ਸੁਣੇਗਾ ਕਿੰਨੀਆਂ ਐਤਾਂ ਉੱਚੀ ਬੋਲੀ ਕਿੰਨੀਆਂ ਜਿਹੜੀਆਂ ਸਨਅਤ ਮਕਲੂਬਾ ਦੀਆਂ ਨੇ ਇਧਰੋਂ ਪੜੋ ਤੇ ਫਿਰ ਵੀ ਉਹ ਉਲਟ ਪੜੋ ਤੇ ਫਿਰ ਵੀ ਸਿਰਫ 2 ਇੱਕ ਸੂਰਤ ਅੰਬੀਆ ਚ ਇੱਕ ਸੂਰਤ ਮੁਦੱਸਰ ਚ ਫਿਰ ਇਹ ਕੁੱਲੁਨ ਫੀ ਫਲਕਿਨ ਕੁੱਲੁਨ ਫੀ ਫਲਕਿਨ ਉਲਟ ਕੇ ਪੜ ਫਿਰ ਵੀ ਕੁੱਲੁਨ ਫੀ ਫਲਕਿਨ ਸਿੱਧਾ ਪੜ ਫਿਰ ਵੀ ਕੁੱਲੁਨ ਫੀ ਫਲਕਿਨ ਔਰ ਦੂਜੀ ਇਹ ਸੂਰਤ ਮੁਦੱਸਰ ਰੱਬਾ ਕਾ ਫਕਬਿਰ ਉਲਟ ਕੇ ਪੜ ਫਿਰ ਵੀ ਰੱਬਾ ਕਾ ਫਕਬਿਰ ਉਹਦੇ ਵਿੱਚ ਵੀ 7 ਰਫ ਨੇ ਇਹਦੇ ਵਿੱਚ ਵੀ ਮੈਂ ਜੁਮਲਾ ਬੋਲ ਕੇ ਉੱਠਣਾ ਮੈਨੂੰ ਨਹੀਂ ਪਤਾ ਤੂੰ ਸੌ ਜਾਏਗਾ ਕਿਉਂਕਿ ਮੈਂ ਜ਼ਿਆਦਾ ਅਰਬੀ ਲੁਕਮਿਆਂ ਚ ਤੈਨੂੰ ਜਾਣਾ ਨਹੀਂ ਚਾਹੁੰਦਾ ਸਿੱਧਾ ਪੜ ਫਿਰ ਵੀ ਉਹ ਉਲਟਾ ਪੜ ਫਿਰ ਵੀ ਉਹ ਸਿੱਧਾ ਪੜ ਫਿਰ ਵੀ 7 ਉਲਟਾ ਪੜ ਫਿਰ ਵੀ 7 ਓਏ ਅੱਬਾਸ ਨੂੰ ਉਲਟਾ ਪੜ ਫਿਰ ਵੀ ਵਫਾ ਹੈ ਸਿੱਧਾ ਪੜ ਫਿਰ ਵੀ ਵਫਾ ਮੈਂ ਪਤਾ ਨਹੀਂ ਗਾਇਬ ਕਿਹਨੂੰ ਆਉਂਦੇ ਨੇ ਖੁਦ ਸਜੈਸਟ ਕਰਕੇ ਚੱਲੀ ਆ ਅਲੀ
مسکرا کے کہیں گے فاطمہ کی؟ فرمایا تیرے نام علی تو این لئی ہے، ہائے ہائے تیرے نام علی تو این لئی ہے، اپنے لقب بتول تو پہ لئی، اپنے باپ دادا آسمانی نان احمد دی الف لئی ہے، حسن تے حسین دی مشترکہ سین لے کے عباس رکھے ہیں، ہائے 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 ہائے، مرکہ ہے پانچ تن کو عباس کہتے ہیں، جدوں تیرا ویر دنیا چاہے اونوں چکی ہاتھ تے انج رکھی، جدوں چک لے او دے کان وچ کئی اماں زہرا سلام آندے سن، سبحان اللہ، اوئے ہوئے ہوئے ہوئے، او لوکو سبحان اللہ سبحان اللہ، جسے بدول سلام کہے اسے عباس کہتے ہیں، کوئی سلام کہنا بدول دا چھوٹی گل ہے، او جا گئے علی نے پوچھیا بطول تیرے پاپے دی عمر بڑی گناہگار ہے، فرمایا یا علی نہیں، تیرے میں کی رشوت لگا دے جے تیرے چا سا جائے، نہیں، فرمایا تیرے نانے دی عمر تیرے بابے دی عمر بڑی گناہگار، فرمایا یا علی نہیں، فرمایا کیوں؟ کہ اونوں بخشان لی تے میرے عباس دے دو بازو کافی، او ہو 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 ہو، او جا پہنچو یا سنو، اے نعرہ اے حیدر علی بولتا، اج بولو اج، اس گھر وچ ایک بچہ پیدا ہو پیا جنوں شمس و بیت الحسین کہندے سن، جنوں حسین دے گھر دا صورت عباس چاند نے کمرے بنی ہاشم اونوں آندے سن شمس بنی ہاشم دا صورت، اور وہ کون ہے؟ علی اکبر، اکبر صورت ہے، لگا فن دیا سورج عباس چاند نے، یہ تو میں بحث کرنا ٹھہر کے، عباس چاند نے اکبر سورج، جب اکبر پیدا ہوا نا بی بی فضائی مسجد مولا مبارک ہوئے آ گیا جی، ہم شکل پیغمبر، فرمایا فضا گھر کا ماحول کی ہے، میں کدی شیر نہیں پڑھے، کہیں دیئے نور نے نور کو سینے سے لگا رہا ہے، میرا ربا میں کنا پڑھ رہا، اور نور نے یاد رکھ عباس چند تے اکبر سورج، نور نے نور کو سینے سے لگا رکھا ہے، ہر ایک نے اپنی آنکھوں میں بسا رکھا ہے، عباس کے دستے عباس پہ تیرا اکبر ہے مولا، بنو ہاشم کے چاند نے سورج کو اٹھا رکھا ہے، سینے سے لگا رہا
ਪਤਾ ਉਹ ਝੂਮ ਝੂਮ ਕੇ ਪੜਨਾ ਤੇਰੀ ਨਸਲੇ ਪਾਕ ਮੈਂ ਹੈ ਬੱਚਾ ਬੱਚਾ ਨੂਰ ਕੌਣ ਮਰ ਗਏ ਨੂਰ ਨੇ ਨੂਰ ਕੋ ਸੀਨੇ ਸੇ ਲਗਾ ਰੱਖਾ ਹੈ ਹਰ ਇੱਕ ਨੇ ਆਪਣੀ ਆਂਖੋਂ ਮੇ ਬਸਾ ਰੱਖਾ ਹੈ ਦਸਤੇ ਅੱਬਾਸ ਮੇ ਤੇਰਾ ਅਕਬਰ ਹੈ ਮੌਲਾ ਦਸਤੇ ਅੱਬਾਸ ਮੇ ਤੇਰਾ ਅਕਬਰ ਹੈ ਮੌਲਾ ਬਨੂ ਹਾਸ਼ਮ ਕੇ ਚਾਂਦ ਨੇ ਸੂਰਜ ਕੋ ਉਠਾ ਰੱਖਾ ਹੈ ਜ਼ਰਾ ਥੱਕੇ ਥੱਕੇ ਹੱਥ ਖੜੇ ਕਰਿਆ ਜੇ ਬਸ ਕਰੀਏ ਮੇਰੀ ਬੀਵੀ ਮਖਦੂਮਾ ਦੀ ਵਫਾਤ ਤੋਂ ਬਾਅਦ ਮੌਲਾ ਕਾਇਨਾਤ ਫਰਮਾਨ ਲੱਗੇ ਅਕੀਲ ਅਕੀਲ ਆਪਦਾ ਵੱਡਾ ਭਰਾ ਹੈ ਮੁਸਲਮ ਦਾ ਬਾਪ ਹੈ ਹਜ਼ਰਤ ਅਲੀ ਦਾ ਵੱਡਾ ਭਰਾ ਹੈ ਬਸ ਦੱਸਣ ਸੁਣ ਲੈ ਇਜਾਜ਼ਤ ਮੇਰਾ ਦਿਲ ਕਰਦਾ ਸੀ ਮੈਂ ਨੁਕਾਤ ਨਹੀਂ ਪੜ੍ਹਦਾ ਰਹਿੰਦਾ ਲੇਕਿਨ ਥੋੜ੍ਹਾ ਜਿਹਾ ਸੁਣ ਲੈ ਬੁਲਾ ਕੇ ਕਹਿਣ ਲੱਗੇ ਅਕੀਲ ਹੈ ਵੱਡਾ ਕਹਿੰਦਾ ਜੈ ਵਕਤ ਦੇ ਇਮਾਮ ਆਏ ਹਾਏ 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 ਜੀ ਵਕਤ ਦੇ ਇਮਾਮ ਮੌਲਾ ਜੀ ਇਹਨੇ ਵੇਖਿਆ ਸੀ ਨਾ ਜਿਹੜਾ ਨਬੀ ਨੇ ਕੰਨ ਚ ਕਿਹਾ ਨਾ ਉਹ ਮੌਲਵੀ ਸੁਣ ਲਿਆ ਜਿਹੜਾ ਕੰਨ ਚ ਨਬੀ ਨੇ ਕਿਹਾ ਵੀ ਕਲਮਾ ਪੜ ਚਾਚਾ ਉਹ ਸੁਣ ਲਿਆ ਜਿਹੜਾ ਹੱਥ ਚੁੱਕ ਕੇ ਮਨ ਕੁੰਨ ਤੋਂ ਗਿਆ ਉਹ ਨਹੀਂ ਸੁਣਿਆ ਮੇਰੇ ਕੋਲ
ਸਰਕਾਰ ਨੇ ਕਿਹਾ ਗੱਲ ਸੁਣਾ ਕਿ ਇਖਤਰਲੀ ਹੁਰਾ ਤੋਂ ਮਿੰਨ ਕਬਾਇਲ ਰਜ਼ਾਦ ਤਲੀ ਫਤਵਲ ਕਰਮ ਇਹ ਕਿਹੋ ਜਿਹਾ ਖਾਨਦਾਨ ਤਲਾਸ਼ ਕਰ ਜਿਹੜਾ ਦਲੇਰ ਤੇ ਬਹਾਦਰ ਹੋਵੇ। ਸੁਣ ਲੈ ਯਾਰ, ਸੁਣ ਲੈ ਪਾਸਟਰ ਭਾਈ ਜਾਨ, ਕਿਉਂ ਮੌਲਾ ਕਿਉਂ ਫਰਮਾਇਆ ਬਰਾਦਾ ਦਾ ਫੂਲਾ ਤੁਮ ਫੀਆ ਫਨੂਸੀਆ ਤੁਲ ਰਬਹਾ ਔਰ ਅਜਮ, ਮੈਨੂੰ ਇੱਕ ਬੇਟਾ ਚਾਹੀਦਾ ਹੈ ਜਿਹਦੇ ਵਿੱਚ ਅਰਬ ਦੀ ਸ਼ੁਜਾਤ ਹੋਵੇ, ਅਜਮ ਦਾ ਸ਼ਾਹੀ ਮਜ਼ਾਜ ਹੋਵੇ, ਹੁਸੈਨ ਦਾ ਵਫਾਦਾਰ ਜੱਜਾ ਸਾਰੀ ਤੇ ਮੈਂ ਦੋ ਮਿੰਟ ਪੜ੍ਹਨਾ ਨਹੀਂ ਤੇ ਮੈਂ ਅੱਗੇ ਕੋਈ ਦਲੇਰ ਖਾਨਦਾਨ ਤਲਾਸ਼ ਕਰ, ਮੈਂ ਉਹਨਾਂ ਦੀ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦਾ ਜਿਹਦੇ ਵਿੱਚੋਂ ਅੱਲਾ ਮੈਨੂੰ ਇੱਕ ਬੇਟਾ ਦੇਵੇ ਜਿਹਦੇ ਵਿੱਚ ਅਰਬ ਦੀ ਸ਼ੁਜਾਤ ਹੋਵੇ, ਅਜਮ ਦਾ ਸ਼ਾਹੀ ਮਲਾਜ ਹੋਵੇ, ਹੁਸੈਨ ਦਾ ਵਫਾਦਾਰ। ਅਲੀ ਨੇ ਮੰਗ ਕੇ ਲਿਆ, ਓਏ ਹੋਏ 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 ਓਏ ਹੋਏ, ਅਲੀ ਨੇ ਮੰਗ ਕੇ ਲਿਆ, ਅਲੀ ਨੇ ਮੰਗ ਕੇ ਲਿਆ ਦੁਆਏ ਸਹਾਰਾ, ਔਰ ਅਲੀ ਕੇ ਮੰਗਨੇ ਕੋ ਅੱਬਾਸ ਕਹਿੰਦੇ। ਅਜੇ ਤੇ ਮੈਂ ਸ਼ੁਰੂ ਕੀਤਾ, ਮੇਰਾ ਦਿਲ ਕਰਦਾ ਸੁਬਾਹ ਦੀਆਂ ਬਾਂਗਾਂ ਤੱਕ ਬਣਾ ਲੇਕਿਨ ਮੇਰੇ ਨਾਲ ਦੇ ਦੋ ਬੜੇ ਕਾਲੇ ਹੁੰਦੇ ਨੇ, ਬਸ ਸਿਰਫ 5 ਮਿੰਟ ਸੁਣ ਗੌਰ ਦੇ ਨਾਲ। ਹਜ਼ਰਤ ਅਕੀਲ ਕਹਿਣ ਲੱਗੇ ਪਾਈ ਜਾਂ ਮੈਂ ਸੱਜਾ ਰੋਲਾ ਰੱਬਾ ਅਰਬ ਦੇ ਖਾਨਦਾਨ ਜਾਣਦਾ ਬੁੱਤਿਲ ਕਿਹੜਾ ਹੈ ਤੇ ਦਲੇਰ ਕਿਹੜਾ ਹੈ, ਜਾਗੀ ਤੇਰਾ ਅਖੀਰ ਦੱਸ। ਫਰਮਾਇਆ ਮੌਲਾ ਤਿੰਨ ਖਾਨਦਾਨ ਨੇ ਅਰਬ ਵਿੱਚ, ਸਮਝ ਆ ਰਹੀ? ਨੰਬਰ 1 ਬਨੂ ਹਾਸ਼ਮ, ਇਹ ਤਲਵਾਰ ਦੇ ਧਨੀ, ਉਹ ਅਸੀਂ ਆ। ਨੰਬਰ 2 ਬਨੂ ਕਿੰਦੀ, ਇਹ ਤੀਰ ਦੇ ਮਾਹਰ ਨੇ, ਤੀਰ ਅੰਦਾਜ਼ ਇਮਰਾਨ ਕੈਸ। ਨੰਬਰ 3 ਬਨੂ ਕਿਲਾਬ, ਇਹ ਨੇਜ਼ਾਬਾਜ਼ੀ ਦੇ ਮਾਹਰ ਨੇ। ਹਿਜ਼ਾਮ ਹੈ ਖਾਲਦ, ਹਿਜ਼ਾਮ ਬਿਨ ਖਾਲਦ, ਉਹਦੀ ਬੇਟੀ ਇਹ ਫਾਤਮਾ ਕਿਲਾਬੀਆ। ਮੈਂ ਅੱਬਾਸ ਦੀ ਮਾਂ ਨਾਲ ਤੇ ਲਗਾ ਮਿਲਾਨੋ, ਤੇਰੀ ਮਰਜ਼ੀ ਹੈ ਸੁਣੇ ਜਾਂ ਨਾ ਸੁਣੇ, ਮੇਰਾ ਦਿਲ ਕਰਦਾ ਹੈ ਉਹਦੇ ਨਾਲ ਰਿਸ਼ਤਾ। ਅਲੀ ਜਾਂਦੇ ਨੇ ਜਾਓ, ਮਦੀਨੇ ਤੋਂ 12 ਕਿਲੋਮੀਟਰ ਦੂਰ ਇਹਨਾਂ ਨੇ ਆਪਣੀਆਂ ਟੱਪਰੀਆਂ ਲਾਈਆਂ ਨੇ ਕਬੀਲੇ ਨੇ, ਔਰ 12 ਬੱਚੇ ਤਲਵਾਰਾਂ ਕਬੀਲੇ ਦੇ ਬਾਹਰ ਪਹਿਰਾ ਦਿੰਦੇ। ਰਾਤ ਦਾ ਟਾਈਮ ਹੈ, ਬੀਬੀ ਫਾਤਮਾ ਕਿਲਾਬੀਆ ਅੱਬਾਸ ਦੀ ਮਰਨ ਵਾਲੀ ਮਾਂ ਖਾਬ ਪੀ ਵੈਂਦੀ ਹੈ। ਜੇ ਜਾਗਦਾ ਤੇ ਖਾਬ ਸੁਣਾ, ਬੀਬੀ ਨੇ ਸੀਨੇ ਨਾਲ ਲਾ ਲੈ ਨੇ ਤੇ ਅੱਖ ਖੁੱਲ ਗਈ। ਅੰਮਾ ਸਮਾ ਮਾਂ ਜੀ ਬਚਦਾ ਫਾਤਮਾ, ਮੈਂ ਰਾਤ ਖਾਬ ਅਜੀਬ ਡਿੱਠਈ, ਮੇਰੀ ਛੋਲੀ ਚ ਆਸਮਾਨ ਤੋਂ ਇੱਕ ਚੰਨ ਤੇ 3 ਤਾਰੇ ਉਤਰੇ ਨੇ, ਮੈਂ ਵੀ ਸੀਨੇ ਨਾਲ ਲਾਏ ਨੇ ਤੇ ਅੱਖ ਖੁੱਲ ਗਈ। ਉਹਨੇ ਆਖਿਆ ਆ ਮੁਨੱਜਮ ਕੋਲੋਂ, ਆ ਮੁਅੱਬਰ ਕੋਲੋਂ ਤਬੀਰ ਪੁੱਛਦੇ ਆ। ਕਹਿ ਉਹਨੇ ਕਿਹਾ ਬੀਬੀ ਜੇ ਇਵੇਂ ਡਿੱਠਈ, ਜੇ ਇਵੇਂ ਡਿੱਠਈ ਤੇ ਜ਼ਮਾਨੇ ਦੇ ਕਿਸੇ ਅਜ਼ੀਮ ਇਨਸਾਨ ਦੀ ਮਾਂ ਬਣੇਗੀ, ਅਜ਼ੀਮ ਇਨਸਾਨ ਦੀ ਬੀਵੀ ਬਣੇਗੀ। ਅੱਲਾ ਤੈਨੂੰ 4 ਪੁੱਤਰ ਦੇਗਾ, 3 ਤਾਰੇ ਹੋਣਗੇ, 1 ਕਮਰ ਹੋਏਗਾ। ਮੈਂ ਪੜ੍ਹਨਾ ਚਾਹੁੰਦਾ ਜੇ ਬੋਰ ਹੋ ਰਿਹਾ ਥੱਲ। ਅੱਲਾ ਤੈਨੂੰ 3 ਤਾਰੇ, 1 ਕਮਰ ਦਾ ਹੈਗਾ। ਬੀਬੀ ਉਹਨੂੰ ਉਡੀਕ ਚ ਖਾਬ ਮੇ ਦਿਲ ਛੀਨ ਕਰ ਜੋ ਲੈ ਗਿਆ ਆਵ
ਇਧਰੋਂ ਕੀ ਚੱਲਿਆ ਜੀ ਸਿਰ ਦੀਆਂ ਮਾਮਾ ਚਿਹਰੇ ਤੇ ਨਕਾਬ ਮੋਢੇ ਤੇ ਤਲਵਾਰ ਘੋੜੇ ਦਾ ਸਵਾਰ ਅਰਬ ਦਾ ਸਰਦਾਰ ਅਕੀਲ ਅਲੀ ਦਾ ਭਰਾ ਹੈ ਹੱਥ ਚਿੱਟਾ ਚੰਡਾ ਜਾਂ ਉਹਨਾਂ ਦੇ ਤੰਬੂਆਂ ਦੇ ਨੇੜੇ ਪਹੁੰਚੇ ਤੋ ਜਿਹੜੇ ਸਨ ਨਾ 12 ਬਾੜੇ ਅਣਗਾ ਰੋਕ ਕਾਹਨੇ ਤੋਂ ਕਹਿੰਦਾ ਮੈਂ ਸਰਦਾਰ ਦਾ ਪੁੱਤਰ ਹਾਂ ਕਮੀਆਂ ਦਾ ਬਾਲ ਨਹੀਂ ਮੇਰੀ ਮਰਜ਼ੀ ਹੈ ਅਗੇ ਕਿਵੇਂ ਆਇਆ ਕਹਿਣ ਲੱਗੇ ਤੁਸੀਂ ਇਸ ਕਾਬਲ ਨਹੀਂ ਦੱਸਾਂ ਆਪਣੇ ਸਰਦਾਰ ਨਾਲ ਮਿਲਾਓ ਉਹਨਾਂ ਕਿਹਾ ਸਰਦਾਰ ਹਿਜ਼ਾਮ ਇੱਕ ਬੰਦਾ ਆਇਆ ਜੀ ਡਾਢਾ ਸੋਹਣਾ ਉੱਤੇ ਨਕਾਬ ਹੈ ਚਿਹਰੇ ਤੇ ਸਿਰ ਤੇ ਤਾਜ ਹੈ ਮੋਢੇ ਤੇ ਤਲਵਾਰ ਹੈ ਘੋੜੇ ਦਾ ਸਵਾਰ ਹੈ ਆਇਆ ਮੱਕੇ ਤੋਂ ਆਂਦਾ ਸਰਦਾਰ ਹਾਂ ਤੇ ਮਿਲਣਾ ਚਾਹੁੰਦਾ ਹਿਜ਼ਾਮ ਨੇ ਕਿਹਾ ਬੁਲਾਓ ਜਾਂ ਅਕੀਲ ਆਏ ਕਰੀਬ ਹੁਣ ਮੈਂ ਨਹੀਂ ਪਤਾ ਤੂੰ ਨਾਰਾ ਲੈਣ ਲੱਗੇ ਚੁੱਪ ਕਰ ਜਾਏ ਕੌਣ ਹੈ ਤੂੰ ਹਮਾਇਆ ਮੈਂ ਅਕੀਲ ਕਹਿੰਦਾ ਪੁੱਤਰ ਹੈ ਅਬੂ ਤਾਲਬ ਕੋਈ ਸਰਦਾਰ ਦਾ ਪੁੱਤਰ ਹੈ ਪਤਾ ਇਸ ਮਸੀਹ ਦੇ ਅਬੂ ਤਾਲਬ ਦਾ ਕੀ ਮਕਾਮ ਕੋਈ ਅਬੂ ਤਾਲਬ ਦਾ ਪੁੱਤਰ ਹੈ ਅਬਦਲ ਮੁਤਲਬ ਦਾ ਤੇ ਮੇਰਾ ਉਹਦਾ ਪੁੱਤਰ ਕਿਵੇਂ ਆਏ ਤੇਰੀ ਬੇਟੀ ਜਵਾਨ ਹੈ ਨਾ ਫਾਤਮਾ ਜੀ ਉਹਦੇ ਲਈ ਰਿਸ਼ਤਾ ਲੈਣਾ ਮੈਂ ਚੁੱਪ ਕਰਕੇ ਸੁਣੀ ਜਿੱਥੇ ਮੈਂ ਜੁਮਲਾ ਬੋਲਿਆ ਉੱਥੇ ਤਾਜ ਰਿਸ਼ਤਾ ਕਿਹਦੇ ਲਈ ਆਪਣੇ ਫਿਰਾ ਲਈ ਕੀ ਨਾਂ ਅਲੀ ਟੁੱਟ ਜਾਣੋ ਹੱਥ ਜਿਹੜੇ ਅਲੀ ਦੇ ਨਾਂ ਦੇ ਵੀ ਥੱਲੇ ਕਿਹਦੇ ਲਈ ਰਿਸ਼ਤਾ ਲੈਣ ਆਇਆ ਅਲੀ ਲਈ ਚੱਕਰ ਤਵੱਜੋ ਕਿਹਦੇ ਲਈ ਲੈਣ ਆਇਆ ਅਲੀ ਲਈ ਠਹਿਰ ਇੱਕ ਜਲਦੀ ਜਲਦੀ ਅੰਦਰ ਆਇਆ ਹੁਣ ਵੀ ਨਾ ਟੁੱਟ ਕੇ ਦਾਤ ਕਿਹੜਾ ਦੇਂਦਾ ਦਸਾਉਂਦਾ ਅੰਦਰ ਸਮਾਂ ਮਾਂ ਜੀ ਸਰਦਾਰ ਉੱਠੀ ਵੁਜ਼ੂ ਕਰ ਦੂ ਨਫਲ ਪੜ ਹਾਏ ਹਾਏ ਸਮਾਂ ਮਾਂ ਉੱਠੀ ਵੁਜ਼ੂ ਕਰ ਦੋ ਨਫਲ ਪੜ ਉਹਨੇ ਕਿਹਾ ਇਹ ਮੁਕੱਦਰ ਵੇ ਮੁਹੰਮਦ ਦਾ ਦਮਾਦ ਸਾਡਾ ਦਮਾਦ ਬਦਲ ਲੱਗਾ ਹੈ ਅੰਦਰ ਸਿੱਧੀ ਨਹੀਂ ਵਾਲੀ ਪੜਾ ਕਰਕੇ ਵਿਹੜੇ ਚ ਇੱਕ
ਨਾਲ ਟੁਰ ਰਹੀ ਹੈ ਤੇ ਇੱਕ ਨੁਕਰ ਤੇ ਚਮੜੇ ਦਾ ਗੱਦਾ ਹੈ ਉੱਤੇ ਹਸਨ ਤੇ ਹੁਸੈਨ ਸੁੱਤੇ। ਪਰ ਮੈਂ ਕਿਆਮਤ ਦੇ ਜੁਮਲੇ ਲੱਗਾ ਫੜਨ, ਕਾਸ ਟਾਈਮ ਹੁੰਦਾ ਤੇ ਮੈਂ ਅੱਬਾਸ ਪੜਦਾ, ਕੱਲਾ ਹੁੰਦਾ ਤੇ ਦੋ ਘੰਟੇ ਸੁਣਾਉਂਦਾ। ਆਈਏ ਇਹ ਸ਼ਹਿਜ਼ਾਦੇ ਨੇ ਤੁਹਾਡੇ ਜੀ ਫਾਤਮਾ ਦੇ ਬੇਟੇ ਨੇ, ਹਾਂਜੀ ਸਲਾਮਾ ਵਤਾ ਫਤ ਸੁਣ ਕੇ ਖੁਦਾ ਦਾ ਵਾ ਹੌਲਾ ਸਰੀਰ ਮਾ ਸਲਾਸਨ ਮੱਥੇ ਤੇ ਹੱਥ ਰੱਖ ਕੇ ਸਲਾਮ ਕੀਤਾ, ਤਿੰਨ ਚੱਕਰ ਲਾਇਆ ਨੇ ਖੁਦਾ ਦਾ ਵਾਸਤਾ ਹੀ, ਖੁਦਾ ਦਾ ਵਾਸਤਾ ਹੀ ਸੁਣ ਲਿਓ ਜੇ ਆਇਆ ਤੇ। ਪਹਿਲਾਂ ਮੱਥੇ ਤੇ ਹੱਥ ਰੱਖ ਕੇ ਸਲਾਮ ਕੀਤਾ ਹੈ ਮਾਂ, ਫਿਰ ਤਿੰਨ ਚੱਕਰ ਲਾਏ ਨੇ ਉਸ ਗੱਦੇ ਦੇ ਜਿਹਦੇ ਤੇ ਸ਼ਹਿਜ਼ਾਦੇ ਸੁੱਤੇ ਸਨ, ਫਿਰ ਸੁਮਾ ਕੱਪਾ ਦਾ ਬਸ਼ਮਾ ਮਤ ਸਵਾਏ ਪਹਿਰਾ, ਫਿਰ ਚੁਕੀਏ ਪਹਿਲਾਂ ਮੱਥਾ ਚੁੰਮਿਆ ਫਿਰ ਵਾਲ ਚੁੰਮੇ, ਫਿਰ ਇੱਕ ਫਿਕਰਾ ਬੋਲਿਆ ਜੇ ਹੱਕ ਬੜੇ ਤੇ ਦਾਤ ਦੇਈ ਤੇ ਕਿਤੇ ਤੇਰੇ ਨਸੀਬ ਔਰ ਮੁਕੱਦਰ, ਮੈਂ ਨਹੀਂ ਚਾਹੁੰਦਾ ਇੰਦੀ ਜੇ ਤੋਂ ਲਿਖਿਤ ਮਿਤ ਕੋ ਮਾ ਵਕ ਬਿਲਾਨੀ ਖਾਦਿਮਤਨ ਸ਼ਹਿਜ਼ਾਦਿਓ, ਮੈਂ ਸੁਣ ਕੇ ਮੈਂ ਮਾਂ ਬਣ ਕੇ ਨਹੀਂ ਆਈ, ਨੁਕਰਾਨੀ ਬਣ ਕੇ ਆਈਆਂ ਰੱਖੋਗੇ? ਓਏ ਸੌਂ ਗਿਆ ਓਏ, ਜੇ ਤੋ ਖਿਦਮਤ ਕੋ ਮਾ ਵਕ ਬਿਲਾਨੀ ਤੁਹਾਡੀ ਖਿਦਮਤਗਾਰ ਬਣ ਕੇ ਆਈਆਂ ਰੱਖੋਗੇ? ਸ਼ੇਖ ਹੈ ਅੱਬਾਸ ਕੀ ਮਾਂ, ਆ ਗਈ ਚਾਰ ਸ਼ਬਾਨ ਦੀ ਰਾਤ, ਆਖਰੀ ਫਿਕਰਾ ਉਹਨਾਂ ਕਿਹਾ ਆ ਗਈ ਰਾਤ, ਫਿਜ਼ਾ ਦੌੜੀ ਗਈ ਮੌਲਾ ਆ ਗਿਆ ਜੇ, ਹਾਏ 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 ਮੌਲਾ ਜਿੱਥੇ ਮੈਂ ਛੱਡ ਕੇ ਜਾਵਾਂ ਅਗਲੇ ਸਾਲ ਸਦੀ ਇੱਥੋਂ ਅੱਗੇ ਫਿਰ ਤੁਰਾਂਗੇ, ਆ ਗਿਆ ਜੇ ਇਹ ਆ ਗਿਆ ਜੇ ਮੌਲਾ ਅਲੀ ਆਏ, ਮੈਨੂੰ ਵੇ ਆਖਰੀ ਫਿਕਰ ਹੈ ਫਿਰ ਮੈਂ ਹੱਲੂ ਮੋਟੀ ਬਣੀ, ਇਹ ਮੇਰਾ ਤੇਰਾ ਬੱਚਾ ਦਿਆ ਜੇ ਕੌਣ ਨਾ ਦੇ ਇੰਜ ਅਲੀ ਕੇ ਹਾਥੋਂ ਪਰ ਹਮ ਸ਼ਕਲੇ ਅਲੀ, ਉਹ ਮੇਰਾ ਰੱਬਾ ਕਿੰਨਾ ਚ ਪੜ ਰਿਹਾ, ਅਲੀ ਕੇ ਹਾਥੋਂ ਪਰ ਅਲੀ, ਅਲੀ ਕੇ ਹਾਥੋਂ ਪਰ ਅਲੀ ਚੁੱਕਿਆ, ਫਅਮਰ ਰਾ ਲਿਸਾਨਾ ਅਲਾ ਆਈ ਨਹੀਂ ਵਸ਼ਫਤਾਈ ਵਉਜ਼ੋ ਨਹੀਂ, ਅਲੀ ਨੇ ਜਿਬ ਕੱਢੀ ਬਾਹਰ, ਪਹਿਲਾਂ ਅਬਾਸ ਦੀਆਂ ਦੋਵਾਂ ਅੱਖਾਂ ਤੇ ਫੇਰੀ, ਫਿਰ ਕੰਨਾਂ ਤੇ ਫੇਰੀ, ਫਿਰ ਹੋਂਟਾਂ ਤੇ ਫੇਰੀ, ਮਾਂ ਪੁੱਛਦੀ ਹੈ ਕੀ ਪਾ ਕਰ ਰਹੇ ਹੋ? ਆਖਰੀ ਫਿਕਰਾ ਸਭ ਤੋਂ ਪਾਰਾ ਸਿਰ ਚੁੱਪ ਕਰ ਗਿਆ, ਕੀ ਮੈਂ ਕਰਦੇ ਹੋ? ਫਮਰ ਦਾ ਨਿਸ਼ਾਨ ਆਉਣਾ ਅਲਾ ਆਈ ਨਹੀਂ, ਪਹਿਲਾਂ ਅੱਖਾਂ ਦੇ ਜਿਬ ਫੇਰੀ ਜੇ ਵਉਜ਼ੋ ਨਹੀਂ, ਫਿਰ ਕੰਨਾਂ ਤੇ ਫੇਰੀ ਜੇ ਵਸ਼ਫਤਾਈ, ਫਿਰ ਹੋਂਟਾਂ ਤੇ ਫੇਰੀ ਜੇ, ਕੀ ਮੈਂ ਕਰਦੇ ਹੋ? ਫਰਮਾਇਆ ਮੇਰੀ ਜ਼ਬਾਨ ਹੈ ਹੱਕ, ਬਾਰਾਂ ਲੱਖ
ਇੱਕ ਪਾਸੇ ਆ, 9 ਲੱਖ, 9 ਲੱਖ ਕਿੰਨਾ? 9 ਲੱਖ. ਜਿਹਨਾਂ ਸੁਣਿਆ ਕੰਦੇ ਮੁਕਰ ਦਾ ਮਜ਼ਾ ਲਓ, ਜਿਹਨਾਂ ਨਹੀਂ ਸੁਣਿਆ ਪਹਿਲੀ ਵਾਰੀ ਮਜ਼ਾ ਲਓ. ਜਦੋਂ ਮੇਰੇ ਤੇ ਫਤਵੇ ਲੱਗਦੇ ਸਨ ਉਦੋਂ ਇਹ ਜੋੜੀ ਮੇਰੇ ਨਾਲ ਖੜੀ ਹੁੰਦੀ ਸੀ,
ਪਰ ਅੱਜ ਕਰਮ ਹੈ ਕਿ ਮੈਂ ਉਹਨਾਂ ਜਗ੍ਹਾ ਤੇ ਪੜ੍ਹ ਰਿਹਾ। ਮੈਂ ਕੱਲ ਵੀ ਸੁਣੀ ਸਾਂ, ਮੈਂ ਉਹ ਖੁਸ਼ ਨਸੀਬ ਇਨਸਾਨ ਆ ਪਾਕਿਸਤਾਨ ਦੇ ਉਲਾਮਾ ਵਿੱਚੋਂ ਬਸ ਤੇ ਮਿੰਬਰ ਕਹਿ ਰਿਹਾ ਔਰ ਇਹ ਮੌਕੇ ਦੇ ਗਵਾਹ ਨੇ ਜਿਨੇ ਦਮਿਸ਼ਕ ਵਿੱਚ ਜੁਮੇ ਦੀ ਨਮਾਜ਼ ਬੀਬੀ ਜ਼ੈਨਬ ਦੇ ਰੋਜ਼ੇ ਤੇ ਸੁਨੀਆਂ ਨੂੰ ਅਲੱਗ ਪੜਾਈ। ਇਹ ਦੋ ਬੰਦੇ ਨੇ ਮੌਕੇ ਦੇ ਗਵਾਹ ਦੱਸ ਭਾਈ ਪੜਾਈਏ ਅਜੇ ਵੀ ਮੈਂ ਸੁਣੀ ਨਹੀਂ ਤੇਰੇ ਵੀ ਰੱਬ ਮੁਕੱਦਰ ਚ ਕਰੇ ਜਸ ਉਦੋਂ ਆਉਂਦੀ ਜਦੋਂ ਗੈਰਾਂ ਦੇ ਘਰ ਜਾ ਕੇ ਪੜਾ ਹੋਇਆ ਇਵੇਂ ਘਰ ਬਹਿ ਕੇ ਫਤਵੀਆਂ ਨਾਲ ਨਾਲ ਜਸ ਨਹੀਂ ਆਉਂਦੀ। ਤਵੱਜੋ ਨਾ ਤੇਰਾ ਘੋੜਾ ਨਾ ਤਲਵਾਰ ਨਾ 3000 ਨਾ 2000 ਨਾ 1000 ਨਾ ਇੱਕ। ਅੱਛਾ ਅਲੀ ਨੇ ਬਾਹ ਤੋਂ ਫੜਿਆ ਅੰਦਰ ਲੈ ਗਿਆ ਉਹ ਬਟਨ ਤੇਰੇ ਸੁਣਿਆ ਅੰਦਰ ਜਾ ਕੇ ਨਾ ਆਪਣੀ ਕਮੀਜ਼ ਲਾ ਕੇ ਕਹਿੰਦੇ ਨੇ ਆਪਣੀ ਲਾਹ ਦੇ ਐ ਪਾ। ਅਲੀ ਨੇ ਤਹਿਮਦ ਹੋਰ ਬੰਨਿਆ ਆ ਮੇਰੇ ਵਾਲਾ ਪੰਨ ਅਮਾਮਾ ਆਪਣਾ ਲਾ ਕੇ ਸਿਰ ਤੇ ਬੰਨਿਆ। ਫਿਕਰਾ ਸੁਣ ਚਾਹ ਸਾਵੇ ਤੇ ਬੋਲੀ ਨਹੀਂ ਤੇ ਡੀਸੀ ਨਹੀਂ ਚਾਹੀਦੀ। 14 ਸਾਲ ਕੀ ਉਮਰ ਮੇ ਜਿਸ ਕੋ ਅਲੀ ਕੀ ਵਰਦੀ ਫਿੱਟ ਆ ਜਾਏ ਉਸਕੇ ਅੱਪਾਸ ਗਏ। ਅਲੀ ਚੱਕਦਮ ਤੋੜੇ
ਸੁਣ ਕੇ ਚੁੱਪ ਕੇ ਆਖਰੀ ਫਿਕਰ ਤੇ ਬੋਲੀ ਚੁੱਪ ਬਸ ਆ ਜਾ ਨਜ਼ਰ ਨਾ ਲੱਗੇ ਆ ਜਾ ਸੁਣ ਸੁਣ ਆ ਜਾ ਨਜ਼ਰ ਨਾ ਲੱਗੇ ਫਿਕਰ ਦਾ ਬੋਲਣਾ ਪਤਾ ਨੀ ਕੌਣ ਹਜ਼ਮ ਕਰੇਗਾ ਤੁਹਾਡੇ ਚੋਂ ਮੈਂ ਟੁੱਟ ਚੱਲਿਆ ਤੇ ਕਿਹੜਾ ਦਾਤ ਦੇਗਾ ਆ ਜਾ ਨਜ਼ਰ ਨਾ ਲੱਗੇ ਅਲੀ ਨੇ ਇੰਜ ਹੱਥ ਚੁੱਕ ਕੇ ਕਹਿਣੇ ਕਦੀ ਹਸਰਤ ਨਹੀਂ ਕੀਤੀ ਜਦੋਂ ਦਾ ਬਣਾਏ ਕਦੀ ਹਸਰਤ ਨਹੀਂ ਕੀਤੀ ਜਦੋਂ ਦਾ ਬਣਾਏ ਕਦੀ ਹਸਰਤ ਨਹੀਂ ਕੀਤੀ ਜਦੋਂ ਦਾ ਬਣਾਏ ਅੱਜ ਕਰ ਰਿਹਾ ਕਾਸ਼ ਮੈਨੂੰ ਅਲੀ ਨਾ ਬਣਾਉਂਦਾ ਅੱਬਾਸ ਗੱਲ ਬਣਦੀ ਹੈ ਕੋਈ ਹੁਣ ਕਮਿਸ਼ਨਰ ਦਾ ਜ਼ਿਕਰ ਕਰਕੇ ਬਾਅਦ ਕਰੇ ਕੋਈ ਸਿਪਾਹੀ ਦਾ ਟੋਪੜਾ ਤੁਹਾਡੇ ਨਸ਼ਾਈ ਕਿਹੜੇ ਨੇ ਮੇਰੇ ਨੌਸ਼ ਪਾਕ ਅੱਬਾਸ ਦੀ ਔਲਾਦ ਵਿੱਚ ਲੇਕਿਨ ਮੇਰਾ ਬੇਟਾ ਇਹਨਾਂ ਨੂੰ ਕੀ ਪਤਾ ਹੈ ਇਹ ਕੋਈ ਚਿਸ਼ਤੀ ਹੈ ਕੋਈ ਸੋਰਵਰਦੀ ਹੈ ਕੋਈ ਨਕਸ਼ਬੰਦੀ ਹੈ ਕੋਈ ਕਾਦਰੀ ਹੈ ਇਹਨਾਂ ਨੂੰ ਕੀ ਪਤਾ ਕਿ ਨੌਸ਼ੋ ਕੌਣ ਹੈ ਇਹ ਕਦੀ ਤੁਸੀਂ ਨਸ਼ਾਈ ਮਹਿਫਲ ਸਜਾਓ ਨਸ਼ਾਈ ਮਹਿਫਲ ਸਜਾਓ ਤੇ ਮੈਂ ਦੱਸਾਂ ਕਿ ਨੌਸ਼ੋ ਕੀ ਹੈ ਨੌਸ਼ਾ ਕਹਿੰਦੇ ਨੇ ਲਾੜੇ ਨੂੰ ਨੌਸ਼ਾ ਕਹਿੰਦੇ ਨੇ ਲਾੜੇ ਨੂੰ ਨੌਸ਼ਾ ਕਹਿੰਦੇ ਨੇ ਲਾੜੇ ਨੂੰ ਚਾਹੇ ਕਰਨਲ ਜਨਰਲ ਚੰਦ ਚ ਹੋਣ ਪਰ ਰੋਟੀ ਲੱਭੇਗੀ ਲਾੜੇ ਦੇ ਸਦਕੇ ਰੋਟੀ ਲੱਭੇਗੀ ਕਾਇਨਾਤ ਦੇ ਬਲੀਆਂ ਚ ਮੇਰਾ ਨੌਸ਼ਾ ਇੱਕ ਮੇਰੇ ਬੱਚਿਓ ਜਿੰਨਾ ਮੈਨੂੰ ਨੌਸ਼ਾ ਯਾਦ ਹੈ ਸ਼ਾਇਦ ਹੀ ਕਿਸੇ ਮੌਲਵੀ ਨੂੰ ਹੋਵੇ ਲੇਕਿਨ ਕਿਉਂਕਿ ਫਬਦਾ ਨੇ ਸਰਦਾਰਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਫਿਰ ਗੁਲਾਮਾਂ ਦਾ ਜ਼ਿਕਰ ਨਹੀਂ ਫਬਦਾ ਮੈਂ ਸ਼ੇਰ ਪੜ੍ਹਦਾ ਨੌਸ਼ਾ ਪੀਰ ਜਨਾਵਾਂ ਵਾਲਾ ਉਹ ਲਟਕੀ ਲਟਕੀ ਆ ਗਿਆ ਨੌਸ਼ਾ ਪੀਰ ਜਨਾਵਾਂ ਵਾਲਾ ਲਟਕੀ ਲਟਕੀ ਆ ਗਿਆ ਸੁੱਤੀ ਸਾਂ ਮੈਂ ਖਾਬ ਅਦਮ ਵਿੱਚ ਪਾਉ ਪਕੜ ਜਗਾ ਸ਼ਫੀਰ ਜਨਾਵਾਂ ਉਹ ਲਟਕੀ ਲਟਕੀ ਆ ਗਿਆ ਸੁੱਤੀ ਸਾਂ ਮੈਂ ਖਾਬ ਅਦਮ ਵਿੱਚ ਪਾਉ ਪਕੜ ਵਾ ਆਖਰ ਦਾਵਾਂ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ